ਕਾਂਗਰਸ ਪਾਰਟੀ ਦੇ ਬਹੁਤ ਸਾਰੇ ਲੀਡਰ ਜਦੋਂ ਕੈਪਟਨ ਸਾਹਿਬ ਦੇ ਨਾਲ ਹੋ ਜਦੋਂ ਜਹਾਜ਼ ਡੁੱਬਦਾ ਕਈ ਬੰਦੇ ਨਾਲ ਵੀ ਚਲੇ ਜਾਂਦੇ ਨੇ ਚੜ੍ਹ ਹੋਰ ਜਹਾਜ਼ 'ਚ ਚੜ ਜਾਂਦੇ ਨੇ ਵੀ ਉਤੀ ਕਿਸ਼ਤੀ ਨਾਲ ਲੱਗੋ ਤੇ ਚੜਜੂ ਸ਼ਾਇਦ ਬਾਰਤਾਰਾ ਹੋ ਜੇ ਕਈਆਂ ਦਾ ਹੋ ਵੀ ਜਾਂਦਾ ਸ੍ਰੀ ਰਾਖੜ ਤਾਂ ਹੋ ਹੀ ਗਿਆ ਜਿਵੇਂ ਕੈਪਟਨ ਸਾਹਿਬ ਵਾਲੇ ਬੈਠੇ ਨੇ ਤੇ ਕੈਪਟਨ ਸਾਹਿਬ ਦੀ ਵੀ ਟੀ ਜਿਹੜੀ ਆ ਉਹ ਬੜੀ ਸਰਗਰਮ ਹੈ ਜਾਇਦਰ ਪਰ ਭਾਰਤੀ ਜਨਤਾ ਪਾਰਟੀ ਦੇ ਵਿੱਚ ਲੋਕਾਂ ਬਹੁਤ ਸਾਰੇ ਜਿਹੜੇ ਉਹਨਾਂ ਦੇ ਸਾਥੀ ਪੁਰਾਣੇ ਕੈਬਨਟ ਦੇ ਉਹਨਾਂ ਨਾਲ ਗਏ ਸੀ ਉਹਨਾਂ ਚ ਤਿੰਨ ਸਾਥੀ ਵਾਪਸ ਆ ਗਏ ਬਰਬੀਰ ਸਿੰਘ ਸਿੱਧੂ ਗੁਰਪ੍ਰੀਤ ਸਿੰਘ ਕਾਗੜ ਤਰਸਕਰ ਬੇਰਕਾ ਇਸ ਤੋਂ ਲਗਭਗ ਅਗਲੀਆਂ 24 ਕੁਸ ਬੰਦੇ ਮਹਿੰਦਰ ਸਿੰਘ ਮਹਿੰਦਰ ਰਡਵਾ ਹਸਰਾਜ ਜੋਸ਼ਣ ਜੀਤਵਿੰਦਰ ਸਿੱਧੂ ਇਹ ਵੀ ਹੁਣ ਇਹ ਜਾ ਕੇ ਮਿਲੇ ਸੀ ਕੇਸੀ ਬੀਨੂ ਗਪਾਲ ਲੋ ਅਡਰਸ ਖਤਰਨੋ ਪਤਾ ਤਾਈ ਲੋਕਾਂ ਸੀ ਦੇ ਪਿੱਛੇ ਚਰਜੀਤ ਚੰਨੀ ਪਰੋਂ ਅੱਜ ਵੀ ਨਜ਼ਰ ਨਹੀਂ ਆਏ ਤੇ ਉਸ ਦਿਨ ਇੰਨਾ ਦੀ ਹਾਗ ਹੋ ਗਈ ਸੀ ਹੁਣ ਫਿਰ ਉੱਥੇ ਤਾਂ ਸਿਰਫ ਬਿਆਨਬਾਜ਼ੀ ਸੀ ਰਸਮੀ ਤੌਰ ਤੇ ਫਿਰ ਇੱਕ ਸਮਾਗਮ ਰੱਖਿਆ ਗਿਆ ਜਿਹੜੇ ਵਿੱਚ ਅੱਜ ਕੱਲ ਬਹੁਤ ਜੋੜੀ ਐਕਟਿਵ ਹੈ ਰਾਜਾ ਬੜਿੰਗ ਜਾਂ ਬ੍ਰਿੰਦਰ ਸਿੰਘ ਰਾਜਾ ਬੜਿੰਗ ਜਿਹੜੇ ਪ੍ਰਧਾਨ ਨੇ ਕਾਂਗਰਸ ਤੇ ਪੰਜਾਬ ਦੇ ਤੇ ਨਾਲ ਵਰਦਿਤ ਚਰਤੇ ਨੇਤਾ ਸੁਖਦਰ ਪ੍ਰਤਾਪ ਸਿੰਘ ਬਾਜਵਾ ਇਹਨਾਂ ਨੇ ਫਿਰ ਐ ਕਹੀਏ ਕਿ ਕਈਆਂ ਦੀ ਘਰ ਵਾਪਸੀ ਕਰਾਈ ਕਈਆਂ ਨੂੰ ਪਾਰਟੀ ਚ ਸ਼ਾਮਲ ਕਰਵਾਇਆ ਇਸ ਤਰ੍ਹਾਂ ਦੀ ਗੱਲ ਇਸ ਗੱਲ ਦੇ ਬਾਵਜੂਦ ਕਿ ਇਹਦਾ ਵਿਰੋਧ ਹੋਇਆ ਸੀ ਔਰ ਵਿਰੋਧ ਸੁਰਜਿੰਦਰ ਸਿੰਘ ਰਧਾਵਾ ਨੇ ਕੀਤਾ ਫਿਰ ਖੇਠਲੇ ਜਿਹੜੇ ਲੋਕ ਅਗਲੀ ਕਤਾਰ ਦੇ ਸੀ ਜਿਹੜੇ ਇਹਨਾਂ ਤੋਂ ਬਾਅਦ ਸੀ ਉਹਨਾਂ ਨੇ ਕੀਤਾ ਉਹ ਕਹਿੰਦੇ ਇਹ ਤਾਂ ਮੌਕਾ ਪ੍ਰਸਤ ਨਹੀਂ ਇੰਨਾ ਦੀ ਕੋਈ ਕਮਿਟਮੈਂਟ ਨਹੀਂ ਪਾਰਟੀ ਨਾਲ ਜੇ ਹੁੰਦੀ ਹੈ ਛੱਡ ਕੇ ਨਾ ਜਾਂਦੇ ਜਦੋਂ ਜਦੋਂ ਔਖਾ ਵੇਲਾ ਆ ਛੱਡ ਕੇ ਚਲੇਗੇ ਹੁਣ ਜਦੋਂ ਨਜ਼ਰ ਆਉਂਦਿਆ ਕੁਝ ਫਿਰ ਇਧਰ ਆ ਰਹੇ ਨੇ ਇਸ ਕਿਸਮ ਦੀਆਂ ਗੱਲਾਂ ਇਹਨਾਂ ਨੂੰ ਟਿਕਟ ਨਹੀਂ ਮਿਲਣੀ ਚਾਹੀਦੀ 10 ਸਾਲਾਂ ਤੋਂ ਕੋਈ ਅਵਧਾ ਨਹੀਂ ਮਿਲਣਾ ਚਾਹੀਦਾ ਇਸ ਕਿਸਮ ਦੀ ਗੱਲ ਉੱઠી ਸੀ ਪਰ ਇਹਦਾ ਚਾਹੇ ਅਸਰ ਹੋਵੇ ਨਾ ਹੋਵੇ ਪਰ ਇਹ ਗੱਲ ਬਿਲਕੁਲ ਸਹੀ ਹੈ ਕਿ ਇਹਦੇ ਬਾਰੇ ਲੋਕਾਂ ਨੂੰ ਜਰੂਰ ਸੋਚਣਾ ਚਾਹੀਦਾ ਜਿਹੜੇ ਲੋਕਾਂ ਨੇ ਵੋਟ ਦੇ ਨਹੀਂ ਹੈ ਨਾ ਉਹ ਜਰੂਰ ਸੋਚਣ ਕਿ ਅਸੀਂ ਕਿਹਨੂੰ ਵੋਟ ਦੇ ਰਹੇ ਹਾਂ ਕੀ ਇਹ ਸੱਚਮੁੱਚ ਹੀ ਕਿਸੇ ਪਾਰਟੀ ਕਿਸੇ ਵਿਚਾਰਧਾਰਾ ਨਾਲ ਇਹਦਾ ਹੈ ਸਿਧਾਂਤਕ ਤੌਰ ਤੇ ਦੀ ਸੋਚ ਕੀ ਹੈ ਕੀ ਇਹਦਾ ਸਿਧਾਂਤ ਮੁੱਖਾ ਪ੍ਰਸਤੀ ਹੈ ਵੀ ਜਿਹੜੀ ਵੀ ਟੀਮ ਜਿਹੜੀ ਜਿੱਤ ਰਹੀ ਹੈ ਉਧਰ ਚਲੇ ਜਾਓ ਉਧਰ ਹੱਥ ਖੜਾ ਕਰ ਦਿਓ ਇਸ ਤਰ੍ਹਾਂ ਦੀ ਬਹੁਤ ਸਾਰੀਆਂ ਗੱਲਾਂ ਲੋਕ ਇਹ ਸਮਝ ਲੈਣ ਕਿ ਆਨਲਾਈਨ ਟਾਈਮ 'ਚ ਅਸੀਂ ਕਰਾਂਗੇ ਵੈਸੇ ਮੈਂ ਪਹਿਲਾਂ ਵੀ ਬਹੁਤ ਵਾਰ ਕਿਹਾ ਹੈ ਹੁਣ ਤੁਸੀਂ ਲੋਕ ਬਹੁਤ ਸਟਰਕ ਹੋ ਗਏ ਹੋ ਜਾਗਰੂਕ ਹੋ ਗਏ ਦੋ ਤਿੰਨ ਗੱਲਾਂ ਚਾਹੀਆਂ ਡਹਿਰੀਆਂ ਲਾ ਲਓ ਦੋ ਤਿੰਨ ਗੱਲਾਂ ਜ਼ਰੂਰ ਨੋਟ ਕਰੋ ਜਿਹੜੇ ਲੀਡਰ ਨੂੰ ਤੁਸੀਂ ਵੋਟ ਪਾਉਣੀ ਹੈ ਜਿਹਨੂੰ ਆਪਣਾ ਤੁਸੀਂ ਨੇਤਾ ਚੁਣਨਾ ਹੈ ਉਹ ਸਹੀ ਤਾਂ ਚੜੋਗੇ ਜੇ ਉਹਦੀ ਤੁਸੋਂ ਬੈਕਗ੍ਰਾਉਂਡ ਪਤਾ ਹੋਏਗਾ ਦੇਖੋ ਉਹ ਕਿਵੇਂ ਆਏ ਦੇਖੋ ਤੁਹਾਡੇ ਨਾਲ ਕਿਸ ਤਰ੍ਹਾਂ ਬੇਚਲਿਆ ਹੈ ਦੇਖੋ ਕਿ ਲੋਕਾਂ ਦੇ ਜਨੂੰਨ ਕੰਮ ਕਰ ਰਿਹਾ ਹੈ ਕਿ ਉਹ ਪਾਈਪ ਤੀਜਾਬਾਦ ਦੇ ਵਿੱਚ ਕੀ ਉਹ ਜਿਹੜੀਆਂ ਨਵੀਆਂ ਨਵੀਆਂ ਬਿਲਡਾਂ ਦਾ ਮਾਲ ਜਮੀਨਾ ਬਣਾ ਰਿਹਾ ਹੈ ਜਾਇਦਾਦਾਂ ਲਾ ਰਿਹਾ ਨਵੀਆਂ ਕੁਠੀਆਂ ਤੇ ਕਾਰਾਂ ਸਭ ਕੁਝ ਦੇਖ ਕੇ ਪਤਾ ਲੱਗ ਜਾਂਦਾ ਹੈ ਉਹਨੂੰ ਦੇਖੋ ਉਸ ਤੋਂ ਬਾਅਦ ਆਪਣੀ ਵੋਟ ਦਾ ਕਰੋ ਇਸਤੇਮਾਲ ਤੇ ਇੱਕ ਏਜੰਡਾ ਕਰੋ ਸੈਟ ਕਿ ਭਾਏ ਅਸੀਂ ਬੋਟ ਤਾਂ ਪਾਵਾਂਗੇ ਸਾਡੇ ਲੋਕਲ ਇਸ਼ੂ ਇਸ ਤਰ੍ਹਾਂ ਦੇ ਨੇ ਇਹਨਾਂ ਨੂੰ ਦੱਸ ਤੂੰ ਕਿਵੇਂ ਐਡਰੈਸ ਕਰੇਗਾ ਖੈਰ ਆਪਣਾ ਨੈਸ਼ਨਲ ਦੁੱਖ ਆਪਣਾ ਛੋਟੇ ਛੋਟੇ ਲੈ ਲਈਏ ਉਹਨਾਂ 'ਚ ਤਾਂ ਜਿਵੇਂ ਅਸੀਂ ਗੱਲ ਕਰਦੇ ਆ ਅੱਜ ਪੰਜਾਬ ਦੀ ਪ੍ਰਧਾਨ ਸਭਾ 'ਚ ਕਾਂਗਰਸੀ ਤੇ ਆਮ ਆਦਮੀ ਪਾਰਟੀ ਵਾਲੇ ਭਿੜੇ ਨੇ ਤੇ ਉੱਤੇ ਇੰਡੀਆ ਗੱਠਜੋੜ 'ਚ ਇਕੱਠੇ ਹੋਣ ਦਾ ਦਾਅਵਾ ਕਰਦੇ ਨੇ ਕਿ ਪੰਜਾਬ 'ਚ ਵੀ ਉਹ ਇਕੱਠੇ ਹੋ ਸਕਣਗੇ ਜਦ ਦਿਲੋਂ ਇਕੱਠੇ ਹੋਣਗੇ ਜਦੋਂ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਇੰਡੀਆ ਗੱਠਜੋੜ ਬੰਦੇ ਖੜੇ ਕਰੂਗਾ ਇਹ ਸਵਾਲ ਕੱਲੇ ਹੁਣ ਪੰਜਾਬ 'ਚ ਨਹੀਂ ਖੜੇ ਹੋ ਰਹੇ ਇਹ ਯੂਪੀ 'ਚ ਵੀ ਖੜੇ ਹੋਣਗੇ ਯੂਪੀ 'ਚ ਅਖਲੇਸ਼ ਸਿੰਘ ਯਾਦਵ ਸਮਾਜਵਾਦੀ ਪਾਰਟੀ ਦੇ ਨੇਤਾ ਉਫੋ ਖੁਸ਼ ਨਹੀਂ ਖੁਸ਼ ਇਸ ਕਰਕੇ ਨਹੀਂ ਕਿ ਬੱਧ ਪ੍ਰਦੇਸ਼ 'ਚ ਉਹਨਾਂ ਨੂੰ ਪੁੱਛਿਆ ਨਹੀਂ ਗਿਆ ਪੁੱਛਣਾ ਤਾਂ ਕੀ ਸੀ ਸੀਟ ਤਾਂ ਕੀ ਛਟਨੀ ਸੀ ਸਮਾਜਵਾਦੀ ਪਾਰਟੀ ਦੇ ਲਈ ਉੱਚਤਾ ਇਹ ਹੋਇਆ ਜਦੋਂ ਕਮਲਨਾਥ ਨੂੰ ਪੁੱਛਿਆ ਵੀ ਖਰੇਸ਼ ਜਾਦਵ ਕਹਿੰਦਾ ਛੱਡੋ ਪਰੇ ਜਦੋਂ ਇਹ ਗੱਲ ਕਹੀ ਗਈ ਉਹ ਤਾਂ ਐਂ ਕਹਿੰਦੇ ਨੇ ਇਹ ਕਹਿੰਦੇ ਉਹ ਕੀ ਛੱਡਣਗੇ ਖਰੇਸ਼ ਜਾਦਵ ਕਹਿੰਦੇ ਅਸੀਂ ਉਹਨਾਂ ਨੂੰ ਛੱਡਿਆ ਸਾਨੂੰ ਪਤਾ ਹੀ ਨਹੀਂ ਸੀ ਜੇ ਪਤਾ ਹੁੰਦਾ ਇਸ ਤਰ੍ਹਾਂ ਦੇ ਨੇ ਤੇ ਅਸੀਂ ਤਾਂ ਉਹਨਾਂ ਦਾ ਫੋਨ ਵੀ ਨਹੀਂ ਚੁੱਕਣਾ ਸੀ ਉਹ ਤੇ ਮੀਟਿੰਗ ਚ ਨਹੀਂ ਜਾਣਾ ਸੀ ਤੇ ਉਹ ਕਹਿੰਦੇ ਇਹ ਐ ਜਥੇੜਣਗੇ ਫਿਰ ਯੂਪੀ ਚ ਸੱਤੋਂ ਸਪੋਰਟ ਲੈ ਲੈਣਗੇ ਮਤਲਬ ਕਿ ਇੰਡੀਆ ਗੱਠ ਜੋੜ ਪਹਿਲਾ ਹੀ ਟ੍ਰੇਡ ਦਾ ਸ਼ਿਕਾਰ ਹੁਣ ਪਹਿਲਾ ਪੰਜਾਬ ਚ ਹੁਣ ਯੂਪੀ ਚ ਵੀ ਨਜ਼ਰ ਆਉਣ ਲੱਗੀ ਹੈ